ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਯੂ ਗਾਇਜ਼ ਆਰ ਡ੍ਰੀਂਗ ਵੈਲ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਕਿ ਤੁਸੀਂ ਆਪਣਾ ਡਰਾਈਵਰਸ ਲਾਇਸੈਂਸ ਜਿਹੜਾ ਆਨਲਾਈਨ ਕਿਵੇਂ ਰੀਨਿਊ ਕਰ ਸਕਦੇ ਹੋ ਇਹ ਵੀਡੀਓ ਔਨ ਲਈ ਹੈ ਜਿਨ੍ਹਾਂ ਕੋਲ Ontario ਦਾ ਡਰਾਈਵਰਸ ਲਾਇਸੈਂਸ ਆ ਸਭ ਤੋਂ ਪਹਿਲਾਂ ਤੁਸੀਂ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਨਾ ਹੈ ਜਾਂ ਫਿਰ ਤੁਸੀਂ Google ਤੇ ਜਾ ਕੇ ਸਰਚ ਕਰਨਾ ਹੈ ਰੀਨਿਊ ਆ ਡਰਾਈਵਰਸ ਲਾਇਸੈਂਸ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਪੇਜ ਆ ਓਪਨ ਹੋ ਜਾਊਗਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਆਪਸ਼ਨ ਦਿੱਤੇ ਜਾ ਰਿਹਾ ਰੀਨਿਊ ਯਰ ਡਰਾਈਵਰਸ ਲਾਇਸੈਂਸ ਐਂਡ ਹੈਲਥ तो सैकेंड ऑप्शन दिती जा रही है रिन्यू ड्राइवर लाइसेंस अगर तो तीन ड्राइवर्स लाइसेंस एंड हैल्थ कार्ड दोनों रिन्यू करने हैं फर्स्ट वाला ऑप्शन चूज करोगे अगर तीन सिर्फ अपना ड्राइवर लाइसेंस रिन्यू करना है फिर तुम सैकेंड ऑप्शन सिलेक्ट कर लिये इस तो बाद क्लिक करना है रिन्यू ड्राइवर लाइसेंस जो तीस क्लिक करोगे दैन ए वाला पेज ओपन हो जाएगा ऑनलाइन ड्राइवर्स लाइसेंस रिन्यूअल ਇਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਹਨ ਵਾਟ ਯੂ ਨੀਡ ਟੂ ਨੋ ਬਿਫੋਰ ਯੂ ਸਟਾਰਟ ਤਾਂ ਡਿਗੋਲ ਆਪਣਾ ਡਰਾਈਵਰਸ ਲਾਇਸੈਂਸ ਦਾ ਨੰਬਰ ਹੋਣਾ ਚਾਹੀਦਾ ਹੈ ਜਿਹੜਾ 7 ਡਿਜੀਟ ਦਾ ਟ੍ਰੀਲੀਅਮ ਨੰਬਰ ਆ ਜਿਹੜਾ ਫਰੰਟ ਜਾਂ ਬੈਕ ਤੇ ਡਰਾਈਵਰਸ ਲਾਇਸੈਂਸ ਤੇ ਲਿਖਿਆ ਹੁੰਦਾ ਤੁਹਾਨੂੰ ਉਹ ਚਾਹੀਦਾ ਹੈ ਤੇ ਤੁਹਾਡਾ ਪੋਸਟਲ ਕੋਡ ਇੱਥੇ ਇਹਨਾਂ ਨੇ ਕੁਝ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਆਪਣਾ ਆਨਲਾਈਨ ਕਾਰਡ ਜਿਹੜਾ ਹੈ ਡਰਾਈਵਰਸ ਲਾਇਸੈਂਸ ਤਾਂ ਹੀ ਰੀਨਿਊ ਕਰ ਸਕਦੇ ਹੋ ਅਗਰ ਇਹ ਸਾਰੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਨੈਕਸਟ ਜਿਹੜਾ ਕਾਲਮ ਹੋਇਆ ਹੈਗਾ ਕਲੈਕਸ਼ਨ ਆਫ ਪਰਸਨਲ ਇਨਫੋਰਮੇਸ਼ਨ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਜਿਹੜੀ ਤਾਂ ਡੀ ਪਰਸਨਲ ਇਨਫੋਰਮੇਸ਼ਨ ਅਸੀਂ ਕਲੈਕਟ ਕਰ ਰਹੇ ਹਾਂ ਉਹ ਜਿਹੜੀ ਹੈ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਕਿਹੜੇ ਐਕਟ ਅੰਡਰ ਕਰ ਰਹੇ ਹਾਂ ਔਰ ਉਹ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਹੈ ਨੈਕਸਟ ਕਾਲਮ ਜਿਹੜਾ ਹੈ ਉਹ ਆ ਜਾਂਦਾ ਹੈ ਕੋਸਟ ਦਾ ਇੱਥੇ ਕੋਸਟ ਵਿੱਚ ਇਹਨਾਂ ਨੇ ਇਹ ਐਕਸਪਲੇਨ ਕੀਤਾ ਹੋਇਆ ਹੈ ਕਿ ਜੇ ਤੁਸੀਂ 5 ਸਾਲ ਦਾ ਡਰਾਈਵਰਸ ਲਾਇਸੈਂਸ ਲੈ ਰਹੇ ਹੋ ਦੀ ਤੁਹਾਡੀ ਜਿਹੜੀ ਫੀਸ ਹੈਗੀ ਉਹ ਹੈਗੀ ਹੈ 90 ਡਾਲਰਸ ਤੇ ਇਹਦੇ ਵਿੱਚ ਸਰਟਨ ਕੰਡੀਸ਼ਨਸ ਨਹੀਂ ਉਹਦੀ ਉਹਦੀ ਜਿਹੜੀ ਕਾਰਨ ਜਿਹੜੀ ਤੇ ਡਿਫੀਸ ਆ ਉਹ ਵੱਧ ਘੱਟ ਸਕਦੀ ਆ ਤੁਹਾਡੀ ਏਜ ਜਾਂ ਹੋਰ ਕੁਝ ਫੈਕਟਰਸ ਲਿਖੇ ਹੋਏ ਆ ਇਸ ਤੋਂ ਬਾਅਦ ਨੈਕਸਟ ਹੈਗਾ ਹੈਜ਼ ਯੂਰ ਐਡਰੈਸ ਚੇਂਜ ਇਨਨ ਨੇ ਦੱਸਿਆ ਕਿ ਜੇ ਤੁਹਾਡਾ ਐਡਰੈਸ ਚੇਂਜ ਹੋਇਆ ਤਾਂ ਤੁਹਾਨੂੰ ਲੀਗਲੀ ਆਪਣਾ ਜਿਹੜਾ ਡਰਾਈਵਰਸ ਲਾਇਸੈਂਸ ਆ ਤੇ ਵੀਕਲ ਪਰਮਿਟ ਆ ਵਿਦਨ 6 ਡੇਸ ਉਹਦੇ ਤੇ ਆਪਣਾ ਐਡਰੈਸ ਅਪਡੇਟ ਕਰਨਾ ਪਊਗਾ ਨੈਕਸਟ ਕਾਲਮ ਵਿੱਚ ਇਹਨਾਂ ਨੇ ਡਾਇਵਰਸ ਲਾਇਸੈਂਸ ਦੀ ਜਿਹੜੀ ਡਿਲੀਵਰੀ ਆ ਉਹਦੇ ਬਾਰੇ ਦੱਸਿਆ ਹੈ ਕਿ ਜਿਹੜਾ ਤੁਹਾਡਾ ਡਰਾਈਵਰਸ ਲਾਇਸੈਂਸ ਆ ਉਹ ਵਿਦਿਨ 4 ਟੂ 6 ਵੀਕਸ ਤੁਹਾਡੇ ਮੇਲ ਬਾਕਸ 'ਚ ਆ ਜਾਊਗਾ। ਉਸ ਤੋਂ ਬਾਅਦ ਜਦੋਂ ਤੁਹਾਨੂੰ ਤੁਹਾਡਾ ਡਰਾਈਵਰਸ ਲਾਇਸੈਂਸ ਮਿਲ ਜਾਂਦਾ ਹੈ ਜਿਹੜਾ ਤੁਹਾਡਾ ਪੁਰਾਣਾ ਲਾਇਸੈਂਸ ਆ ਟੈਂਪੋਰਰੀ ਲਾਇਸੈਂਸ ਉਹਨੂੰ ਤੁਸੀਂ ਡਿਸਟਰੋਏ ਕਰਕੇ ਆਪਣਾ ਜਿਹੜਾ ਨਿਊ ਲਾਇਸੈਂਸ ਆ ਉਹ ਆਪਣੇ ਕੋਲ ਰੱਖਣਾ ਹੈ। ਨੈਕਸਟ ਅਗੇਨ ਪ੍ਰਾਈਵੇਸੀ ਸਟੇਟਮੈਂਟ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਬ੍ਰਾਊਜ਼ਰ ਰਿਕੁਆਇਰਮੈਂਟਸ ਦੱਸੀਆਂ ਹੋਈਆਂ। ਇਹ ਸਾਰੀ ਇਨਸਟਰਕਸ਼ਨਸ ਰੀਡ ਕਰਕੇ ਤੁਸੀਂ ਆਰਡਰ ਨਾਉ ਤੇ ਕਲਿੱਕ ਕਰਨਾ ਹੈ ਸਭ ਤੋਂ ਪਹਿਲਾ ਸਟੈਪ ਹੈ ਐਂਟਰ ਯਰ ਡਰਾਈਵਰਸ ਲਾਇਸੈਂਸ ਇਨਫੋਰਮੇਸ਼ਨ ਤੁਸੀਂ ਆਪਣੀ ਡਰਾਈਵਰਸ ਲਾਇਸੈਂਸ ਦੀ ਇਨਫੋਰਮੇਸ਼ਨ ਐਡ ਕਰਨੀ ਹੈ ਤੇ ਦੂਸਰਾ ਸਟੈਪ ਹੈਗਾ ਤੁਹਾਡੇ ਹੈਲਥ ਰਿਲੇਟਿਡ ਕੁਐਸਚਨਸ ਨੇ ਵਿਜ਼ਨ ਐਂਡ ਹੈਲਥ ਰੈਕਡਰ ਤੇ ਇੱਕ ਥਰਡ ਸਟੈਪ ਸਭ ਤੋਂ ਪਹਿਲਾਂ ਤੁਸੀਂ ਆਪਣਾ ਡਰਾਈਵਰਸ ਲਾਇਸੈਂਸ ਨੰਬਰ ਫਿਲ ਕਰਨਾ ਹੈ ਟ੍ਰਿਲਿਅਮ ਨੰਬਰ ਫਿਲ ਕਰਨਾ ਹੈ ਤੇ ਆਪਣਾ ਪੋਸਟਲ ਕੋਡ ਫਿਲ ਕਰਨਾ ਹੈ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜਾਣਕਾਰੀ ਨਹੀਂ ਆ ਇਹਾਂ ਫਿਰ ਤੁਹਾਨੂੰ ਸਮਝ ਨਹੀਂ ਆ ਰਹੀ ਟ੍ਰਿਲੀਅਮ ਨੰਬਰ ਕੀ ਹੈ ਤਾਂ ਤੁਸੀਂ ਜਿਹੜਾ ਸਾਈਡ ਤੇ ਆਈ ਵਾਲਾ ਆਈਕਨ ਦਿੱਤਾ ਹੈ ਉੱਤੇ ਕਲਿੱਕ ਕਰੋਗੇ ਤਾਂ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਨੂੰ ਐਗਜ਼ਾਮਪਲ ਉਹਨਾਂ ਨੇ ਸ਼ੋ ਕਰ ਦੇਣੀ ਹੈ ਫਾਰ ਇਗਜ਼ਾਮਪਲ ਇੱਥੇ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਉਹਨਾਂ ਨੇ ਦੱਸਿਆ ਹੈ ਕਿ ਟ੍ਰਿਲੀਅਮ ਨੰਬਰ ਜਿਹੜਾ ਆ ਇੱਥੇ ਤੁਹਾਡੇ ਕਾਰਡ ਤੇ ਲਿਖਿਆ ਹੁੰਦਾ ਨੈਕਸਟ ਹੈਗਾ ਤੁਹਾਡਾ ਰੈਜ਼ੀਡੈਂਸ਼ੀਅਲ ਪੋਸਟਲ ਕੋਡ ਤੁਸੀਂ ਉਹ ਫਿਲ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਕੁਐਸਚਨ 'ਚ ਪੁੱਛਿਆ ਜਾ ਰਿਹਾ ਹੈ ਇੰਡੀਕੇਟ ਯੈਸ অর ਨੋ ਟੂ ਦਾ ਫਾਲੋਇੰਗ ਵਿਜ਼ਨ ਐਂਡ ਹੈਲਥ ਕੰਡੀਸ਼ਨ ਕੁਐਸਚਨਸ ਇਸ ਤੋਂ ਬਾਅਦ ਤੁਸੀਂ ਫੋਲੋਇੰਗ ਦੋਨੋਂ ਕੁਐਸਚਨਸ ਦੇ ਆਨਸਰ ਦੇਣੇ ਆ ਆਪਣੀ ਸਿਚੁਏਸ਼ਨ ਦੇ ਅਕੋਰਡਿੰਗ ਕਿ ਤੁਹਾਨੂੰ ਕੰਟੈਕਟ ਲੈਂਸਸ ਜਾਂ ਗਲਾਸੇਸ ਚਾਹੀਦੇ ਆ ਨਹੀਂ ਯੈਸ অর ਨੋ ਜਾਂ ਫਿਰ ਲਾਸਟ 5 ইয়ারਸ ਤੇ ਤੁਹਾਡੀ ਕੋਈ ਮੈਡੀਕਲ ਕੰਡੀਸ਼ਨ ਕਾਰਨ ਤੁਹਾਡੀ ਅਬਿਲਿਟੀ ਚੇਂਜ ਹੋਈ ਹੈ ਡਰਾਈਵ ਕਰਨ ਦੀ ਯੈਸ অর ਨੋ ਥੈਨ ਸਰਟੀਫਿਕੇਸ਼ਨ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਐਡ ਟੂ ਮਾਈ ਆਰਡਰ ਤੇ ਕਲਿੱਕ ਕਰਕੇ ਤੁਸੀਂ ਜਿਹੜੀ ਆਪਣੀ ਫੀਸ ਪੇ ਕਰ ਦੇਣੀ ਹੈ ਤੇ ਤੁਹਾਡਾ ਡਰਾਈਵਰਸ ਲਾਇਸੈਂਸ ਰੀਨਿਊ ਹੋ ਜਾਊਗਾ ਐਂਡ ਵਿਦਿਨ 4 ਟੂ 6 ਵੀਕਸ ਤੁਹਾਡੇ ਘਰ ਆ ਚੁਗਾ Thank you so much for watching this video. Don't forget to like, share and subscribe.